ਮੈਨੂੰ ਮਹਾਰਾਜ ਜੀ ਕੁੱਟਿਆ ਬਹੁਤ ਕੁੱਟ ਕੇ ਤੇ ਮੈਨੂੰ ਘਰ ਲੈ ਗਏ ਆ ਘਰ ਜਾ ਕੇ ਤੇ ਕੁੱਟ ਕੁੱਟ ਕੇ ਉੱਥੇ ਚੜ੍ਹ ਕੇ ਤੇ ਆਉਂਦੇ ਪਿਸ਼ਾਬ ਪਾਉਣਾ ਤੇਰੇ ਮੂੰਹ ਜੀ ਮੂੰਹ 'ਚ ਪਿਸ਼ਾਬ ਪਾਉਂਦੇ ਰਹੇ ਰਾਤ ਕੁੱਟਦੇ ਰਹੇ ਸਿਰ 'ਚ ਪਾਉਂਦੇ ਰਹੇ ਸਰ ਇਹਨਾਂ ਨੇ ਸਾਨੂੰ ਪੂਰੀ ਕੁੱਟਮਾਰ ਹੁਣ ਵੀ ਕੀਤੀ ਆ ਅਤੇ 23 ਤਰੀਕ ਨੂੰ ਵੀ ਕੀਤੀ ਜੀ ਪੁਲਿਸ ਨੇ ਰਣਜੋਤ ਸਿੰਘ ਦੇ ਘਰ ਤੋਂ ਜਾ ਕੇ ਇਸ ਜੈਲ ਸਿੰਘ ਨੂੰ ਉੱਥੋਂ ਮੁਕਤ ਕਰਵਾਇਆ ਸੈਕਸ਼ਨ 3 ਦੇ ਅੰਦਰ ਸਬ ਕਲਾਸ ਇਹ ਆਉਂਦੀ ਹੈ ਜਿਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਐਸੀ ਪਰਿਵਾਰ ਨੂੰ ਕਿਸੇ ਜ਼ਿਮੀਂਦਾਰ ਪਰਿਵਾਰ ਨੇ ਪਿਸ਼ਾਬ ਜਾਂ ਕੋਈ ਇਸ ਤਰ੍ਹਾਂ ਦੀ ਵਿਸ਼ੇਲੀ ਚੀਜ਼ ਪਿਲਾਈ ਹੈ ਤਾਂ ਉਹਦੇ ਖਿਲਾਫ ਐਸੀ ਐਕਟ ਲੱਗਦਾ ਹੈ ਤਰਨ ਤਾਰਨ ਦੇ ਪਿੰਡ ਰਸੂਲਪੁਰ ਵਿਖੇ ਜ਼ਿਮੀਂਦਾਰ ਪਰਿਵਾਰ ਵੱਲੋਂ ਦਲਿਤ ਪਰਿਵਾਰ ਦੇ ਮੁਖੀ ਨਾਲ ਕਥਿਤ ਤੌਰ ਤੇ ਕੁੱਟਮਾਰ ਕਰਨ ਤੋਂ ਬਾਅਦ ਪਿਸ਼ਾਬ ਪਿਲਾਉਣ ਅਤੇ ਸਿਰ ਵਿੱਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਸਭ ਕੁਝ ਜ਼ਿਮੀਂਦਾਰ ਪਰਿਵਾਰ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਕੀਤਾ ਪੀੜਤ ਪਰਿਵਾਰ ਮੁਤਾਬਕ ਉਹਨਾਂ ਦੀ ਜ਼ਮੀਨ ਤੇ ਬੀਜੀ ਫਸਲ ਵੀ ਜ਼ਿਮੀਂਦਾਰ ਪਰਿਵਾਰ ਵੱਲੋਂ ਟਰੈਕਟਰ ਨਾਲ ਕਈ ਵਾਰ ਤਬਾਹ ਕਰ ਦਿੱਤੀ ਗਈ ਪਰ ਇਸ ਵਾਰ ਪਰਿਵਾਰ ਦੇ ਮੁਖੀ ਨੂੰ ਉਹਨਾਂ ਨੇ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਜ਼ਬਰੀ ਪਿਸ਼ਾਬ ਪਿਲਾਇਆ ਮੈਨੂੰ ਮਹਾਰਾਜ ਕੁੱਟਿਆ ਬਹੁਤ ਬੰਦੇ ਬੜੇ ਆ ਇੱਕ ਭੋਲਾ ਵਾ ਇੱਕ ਬਿੱਲਾ ਵਾ ਇੱਕ ਸੰਘਿਆਂ ਦਾ ਵਾ ਮਿੰਟੂ ਇੱਕ ਕਬਲ ਕੁੱਟ ਕੇ ਤੇ ਮੈਨੂੰ ਘਰ ਲੈ ਗਏ ਆ ਘਰ ਜਾ ਕੇ ਤੇ ਕੁੱਟ ਕੁੱਟ ਕੇ ਉੱਥੇ ਚੜ੍ਹ ਕੇ ਤੇ ਆਉਂਦੇ ਪਿਸ਼ਾਬ ਪਾਉਣਾ ਤੇਰੇ ਮੂੰਹ 'ਚ ਮੈਂ ਕਰਿਓ ਮਰਜ਼ੀ ਕਰੀਓ ਮੈਂ ਮੁੜ ਕੇ ਫਿਰ ਆਖਿਆ ਵੀ ਛੋੜ ਦਿਓ ਮੈਨੂੰ ਹੁਣ ਮੁੜ ਕੇ ਆਉਂਦੇ ਚਲੋ ਛੱਡ ਦਿੰਦੇ ਹਾਂ ਪਿਸ਼ਾਬ ਸਰ ਇਹਨਾਂ ਨੇ ਸਾਨੂੰ ਪੂਰੀ ਕੁੱਟਮਾਰ ਹੁਣ ਵੀ ਕੀਤੀ ਆ ਅਤੇ 23 ਤਰੀਕ ਨੂੰ ਵੀ ਕੀਤੀ ਸੀ ਜੀ ਬਹੁਤ ਪੁਲਿਸ ਨੇ ਅਸੀਂ ਦਿੱਤੀਆਂ ਦਰਖਾਸ਼ਾਂ ਸਾਡੀ ਕਿਸੇ ਨੇ ਗੱਲਬਾਤ ਨਹੀਂ ਸੁਣੀ 8-10 ਦਰਖਾਸ਼ਾਂ ਦੇ ਦਿੱਤੀਆਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਜਿਹੜੀ ਹੁਣ ਹਮਲਾ ਹੋਇਆ ਜਿਹੜਾ 5 ਦਿਨ ਹੋ ਗਿਆ ਜੋਦੀ ਵੀ ਨਹੀਂ ਹੋਈ ਕੋਈ ਇਹਨਾਂ ਨੇ ਅਸੀਂ ਇੱਥੇ ਆਏ ਹਾਂ ਰੋਟੀ ਲੈ ਕੇ ਅਤੇ ਇਹਨੇ ਇਹਦੇ ਨਾਲ ਆਉਂਦਿਆਂ ਨੂੰ ਲਏ ਸੀਗੇ ਗੋਲੀ ਗਾਲੀ ਚਲਾਈ ਉਹਨਾਂ ਨੇ ਫੋਲੀ ਪੂਰੀ ਗੋਲੀ ਚਲਾਈ ਹੈ ਗੋਲੀ ਗਾਲੀ ਚਲਾ ਕੇ ਇਹਨੂੰ ਕੁੱਟ ਮਾਰ ਕੇ ਅਤੇ ਘਰ ਲੈ ਕੇ ਜਾ ਕੇ ਕੁਰਸੀ ਨਾਲ ਬੰਨ੍ਹ ਦਿੱਤਾ ਪੈਰ ਵੀ ਬੰਨ੍ਹ ਦਿੱਤੇ ਅਤੇ ਬਾਹਾਂ ਬੰਨ੍ਹ ਦਿੱਤੀਆਂ ਵੀ ਭੱਜ ਨਾ ਜਾਵੇ ਹੁਣ ਫਿਰ ਇਹਨਾਂ ਨੇ ਪੁਲਿਸ ਨੂੰ ਦਿੱਤਾ 12:30 ਵਜੇ ਪੁਲਿਸ ਨੇ ਸਾਨੂੰ 1 ਵਜੇ ਫੋਨ ਕੀਤਾ ਕਹਿੰਦੇ ਵੀ ਤੁਹਾਡਾ ਬੰਦਾ ਇੱਥੇ ਹੀ ਲੈਂਦਾ ਵਾ ਅਤੇ ਲੈ ਜਾਓ ਆਣ ਕੇ ਅਤੇ ਫਿਰ ਅਸੀਂ ਜਾ ਕੇ ਲਿਆਂਦਾ ਸਾਈਨ ਕਰਾ ਕੇ ਦਿੱਤਾ ਵਾ ਇਹ 10 ਦਿਨ ਵੀ ਸਾਈਨ ਕੀ ਕਰਨ ਨੂੰ ਕਰਾਏ ਸਾਡੇ ਕੋਲ ਜੇ ਇਹ ਆਉਂਦੇ ਵੀ ਸਾਨੂੰ ਪਤਾ ਹੀ ਨਹੀਂਗਾ ਜੇ ਮੂੰਹ 'ਚ ਪਿਸ਼ਾਬ ਪਾਉਂਦੇ ਰਹੇ ਰਾਤ ਕੁੱਟਦੇ ਰਹੇ ਸਿਰ 'ਚ ਪਾਉਂਦੇ ਰਹੇ ਪਿੰਡ ਰਸੂਲਪੁਰ ਪਹੁੰਚ ਕੇ ਕਮਿਸ਼ਨ ਦੇ 3 ਮੈਂਬਰੀ ਵਫਦ ਨੇ ਜਾਂਚ ਤੋਂ ਬਾਅਦ ਪੁਲਿਸ ਨੂੰ ਸੰਬੰਧਿਤ ਲੋਕਾਂ ਖਿਲਾਫ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੰਦਿਆਂ 29 ਜੁਲਾਈ ਨੂੰ ਕੇਸ ਦੀ ਸਾਰੀ ਰਿਪੋਰਟ ਲੈ ਕੇ ਚੰਡੀਗੜ੍ਹ ਦਫ਼ਤਰ ਤਲਬ ਕੀਤਾ ਰਣਜੋਤ ਸਿੰਘ ਕਮਲ ਸਿੰਘ ਭੋਲਾ ਸਿੰਘ ਤੇ ਜਗਮੀਤ ਜਿਹੜਾ ਇਹਨਾਂ ਦਾ ਪੋਤਾ ਰਣਜੋਤ ਸਿੰਘ ਦਾ ਇਸ ਗਰੀਬ ਪਰਿਵਾਰ ਦਾ ਮੁਖੀ ਜਿਹੜਾ ਦਿਆਲ ਸਿੰਘ ਆ ਇਹਨੂੰ ਬੰਦੀ ਬਣਾ ਕੇ ਆਪਣੇ ਘਰ ਲੈ ਗਏ ਘਰ ਲਿਜਾ ਕੇ ਕੁੱਟਮਾਰ ਕੀਤੀ ਗਈ ਸਭ ਤੋਂ ਜ਼ਿਆਦਾ ਹੈਵਾਨੀਅਤ ਤਾਂ ਉਸ ਵੇਲੇ ਹੋਈ ਵੀ ਜਿਸ ਵੇਲੇ ਇਸ ਪਰਿਵਾਰ ਨੇ ਖੁੱਲ੍ਹੇ ਬਰਤਨ ਦੇ ਵਿੱਚ ਪਿਸ਼ਾਬ ਇਕੱਠਾ ਕਰਕੇ ਇਹਨੂੰ ਜ਼ਬਰਦਸਤੀ ਪਿਲਾਤਾ ਅਤੇ ਇਹਦੇ ਸਿਰ ਵਿੱਚ ਡੋਲਿਆ ਇਸ ਗਰੀਬ ਪਰਿਵਾਰ ਨੇ ਕੁਲਵਿੰਦਰ ਕੌਰ ਨੇ ਅਤੇ ਇਹਦੇ ਪਰਿਵਾਰ ਨੇ ਜਿਸ ਵੇਲੇ ਮੌਕੇ 'ਤੇ ਕੰਟਰੋਲ ਰੂਮ ਨੂੰ 100 ਨੰਬਰ 'ਤੇ ਫੋਨ ਕੀਤਾ ਤਾਂ ਲਗਭਗ 11:30-11 ਵਜੇ 17 ਜੁਲਾਈ ਨੂੰ ਪੁਲਿਸ ਨੇ ਰਣਜੋਤ ਸਿੰਘ ਦੇ ਘਰ ਤੋਂ ਜਾ ਕੇ ਇਸ ਜੈਲ ਸਿੰਘ ਨੂੰ ਉੱਥੋਂ ਮੁਕਤ ਕਰਵਾਇਆ ਜਿੱਥੇ ਪੁਲਿਸ ਦਾ ਉੱਥੇ ਕੰਮ ਬਣਦਾ ਸੀ ਕਿ ਮੌਕੇ 'ਤੇ ਜਾ ਕੇ ਇਹਦਾ ਮੈਡੀਕਲ ਟੈਸਟ ਕਰਵਾਉਂਦੇ ਮੈਡੀਕਲ ਹੋਸਪਿਟਲ 'ਚ ਐਡਮਿਟ ਕਰਾਉਂਦੇ ਇਸ ਪਰਿਵਾਰ ਨੂੰ ਉੱਦਾਂ ਹੀ ਛੱਡ ਦਿੱਤਾ ਗਿਆ ਲਗਭਗ 1 ਮਹੀਨਾ ਬੀਤਣ ਤੋਂ ਬਾਅਦ ਜਿਸ ਵੇਲੇ ਇਸ ਪਰਿਵਾਰ ਦੀ ਹੱਕ ਰਸੀ ਨਹੀਂ ਹੋਈ ਤਾਂ ਇਹ ਪਰਿਵਾਰ ਐਸਸੀ ਕਮਿਸ਼ਨ ਕੋਲ ਗਿਆ ਅਤੇ ਆਪਣਾ ਦੁੱਖੜਾ ਸੁਣਾਇਆ ਸਾਡੇ ਐਸਸੀ ਕਮਿਸ਼ਨ ਦੇ ਚੇਅਰਪਰਸਨ ਮੈਡਮ ਤੇਜਿੰਦਰ ਕੌਰ ਜੀ ਜਿਹੜੇ ਕਿ ਰਿਟਾਇਰਡ IAS ਆਫਿਸਰ ਵੀ ਨੇ ਉਹਨਾਂ ਨੇ ਮਾਮਲੇ ਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੇ ਹੋਏ ਸਾਡੇ ਤਿੰਨਾਂ ਦੀ ਡਿਊਟੀ ਲਗਾਈ ਕਿ ਮੌਕੇ 'ਤੇ ਜਾ ਕੇ ਇਸ ਪਰਿਵਾਰ ਦੇ ਦੁੱਖ ਨੂੰ ਸੁਣਿਆ ਜਾਵੇ ਚੰਗੀ ਤਰੀਕੇ ਨਾਲ ਬਰੀਕੀ ਨਾਲ ਇਸ ਗੱਲ ਨੂੰ ਜਾਂਚਿਆ ਜਾਵੇ ਤਾਂ ਜਾਂਚਣ ਤੋਂ ਬਾਅਦ ਅਸੀਂ ਇਹ ਪਾਇਆ ਹੈ ਕਿ ਐਟਰੋਸਿਟੀ ਐਕਟ 1989 ਦੀ ਸਬ ਕਲਾਸ ਸੈਕਸ਼ਨ 3 ਦੇ ਅੰਦਰ ਸਬ ਕਲਾਸ ਇਹ ਆਉਂਦੀ ਹੈ ਜਿਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਐਸੀ ਪਰਿਵਾਰ ਨੂੰ ਕਿਸੇ ਜ਼ਿਮੀਂਦਾਰ ਪਰਿਵਾਰ ਨੇ ਪਿਸ਼ਾਬ ਜਾਂ ਕੋਈ ਇਸ ਤਰ੍ਹਾਂ ਦੀ ਵਿਸ਼ੇਲੀ ਚੀਜ਼ ਪਿਲਾਈ ਹੈ ਤਾਂ ਉਹਦੇ ਖਿਲਾਫ ਐਸੀ ਐਕਟ ਲੱਗਦਾ ਹੈ ਔਰ ਸੈਕਸ਼ਨ 3 ਤੇ ਸਬ ਕਲਾਸ F ਦੇ ਅੰਦਰ ਵੀ ਪ੍ਰੋਵੀਜ਼ਨ ਹੈ ਜੇ ਕਿਸੇ ਦੀ ਖੇਤੀਬਾੜੀ ਦੀ ਜ਼ਮੀਨ ਨੂੰ ਕੋਈ ਢਹਿ ਢੇਰੀ ਕਰਦਾ ਹੈ ਤਾਂ ਸਬ ਕਲਾਸ F ਦੇ ਮੁਤਾਬਕ ਐਸਸੀ ਐਕਟ ਦਾ ਪਰਚਾ ਦਰਜ ਕਰਨਾ ਬਣਦਾ ਹੈ ਔਰ ਸਭ ਤੋਂ ਬਾਅਦ ਸੈਕਸ਼ਨ 3 ਦੇ ਅੰਦਰ ਸਬ ਕਲਾਸ R ਦੇ ਅੰਦਰ ਵੀ ਇਹ ਪ੍ਰੋਵੀਜ਼ਨ ਹੈ ਕਿ ਜੇ ਮੈਂਟਲੀ ਕੋਈ ਕਿਸੇ ਨੂੰ ਪਬਲਿਕਲੀ ਕੋਈ ਕੁੱਟਮਾਰ ਕਰਦਾ ਜਲੀਲ ਕਰਦਾ ਇੰਟੈਂਸ਼ਨ ਉਹਦੀ ਮਾੜੀ ਹੁੰਦੀ ਹੈ ਸ਼ਡਿਊਲ ਕਾਸਟ ਪ੍ਰਤੀ ਇੰਟੈਂਸ਼ਨ ਮਾੜੀ ਹੁੰਦੀ ਅਤੇ ਉੱਤੇ ਐਸਸੀ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਸੁਪਰੀਮ ਕੋਰਟ ਦੀ ਗਾਈਡਲਾਈਨ ਮੁਤਾਬਕ ਤੁਰੰਤ 24 ਘੰਟੇ ਦੇ ਅੰਦਰ ਗ੍ਰਿਫਤਾਰੀ ਪਾਉਣੀ ਹੁੰਦੀ ਹੈ ਤਾਂ ਮੌਕੇ 'ਤੇ ਹੁਣ SHO ਇੱਥੇ ਮੌਕੇ 'ਤੇ ਹਾਜ਼ਰ ਹੋਏ ਨੇ
एससी कमीशन वालों असी इन्हों हदायत दी है कि फौरन परचा दर्ज करके इन दोषियों अरैसट करके जेल दे अंदर भेजा जाए। उधर कमीशन की कार्रवाई के समय पहुंची थाना सदर मुखी इंस्पैक्टर बलजीत कौर ने कहा है कि पुलिस को पहला एक शिकायत पहुंची सी जिसते पुलिस ने बनती धारा तहत मामला दर्ज किया सी, पर इस बार पुलिस को उक्त परिवार के अत्याचार खिलाफ कोई शिकायत नहीं पहुंची है, पर पुलिस ने कमीशन के हुक्मों से संबंधित लोगों खिलाफ बनती कार्रवाई करने का भरोसा जताया। जी सू एक दरखास्त मसूल हुई थी जी 17-7 एक लड़ाई झगड़ा होया तू तू मैम आपस हुई दो पार्टिया की जी कुलविंदर कौर दरखास्त करता जिन्हें के रणजोत सिंह उसके पुत्रां के खिलाफ दरखास्त दी उन्होंने असं 157 की कार्रवाई की हुई है जी। तो साढ़े को अगली नैक्सट जी भी कार्रवाई होगी जी असं एज पर ला जो मैरिट के आधार पर करा नहीं योजी कोई जी दरखास्त साढ़े ने जी कोई दरखास्त नहीं दी ये संबंधी। फिलहाल पीड़ित परिवार वालों इंसाफ की मांग की जा रही है और उक्त व्यक्तियों की गिरफ्तारी लिए जोर दिता जा रहा है। एससी कमीशन ने पीड़ित परिवार का पूरा साथ देने का भरोसा जताया, पर हुण देखना होगा कि पुलिस वालों इस मामले से की सख्त कदम चुकया जाता है। ब्यूरो रिपोर्ट, स्काई न्यूज़ पंजाब।